ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕਾਂਗਰਸ ਕੋਲੇ ਕੰਮ ਕਰਨ ਲਈ ਸਿਰਫ 4 ਮਹੀਨੇ ਸਿੱਧੂ ਨੂੰ ਸਾਥੀਆਂ ਦੇ ਨਾਲ ਮਿਲ ਕੇ ਬਦਲਣ ਰਣਨੀਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਨੇੜਲੇ ਸਾਥੀਆਂ ਨਾਲ ਗੱਲਬਾਤ ਕਰਕੇ ਪਾਰਟੀ ਦੀ ਰਣਨੀਤੀ ਬਦਲੀ ਹੈ ਇਹ ਰਣਨੀਤੀ ਸਿੱਧੂ ਨੇ ਸੁਖਜਿੰਦਰ ਸਿੰਘ ਰੰਦਾਵਾ ਪ੍ਰਗਟ ਸਿੰਘ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਚਰਨਜੀਤ ਚੰਨੀ ਸੁਖ ਸਰਕਾਇਆ ਤੇ ਹੋਰ ਸਾਥੀਆਂ ਦੀ ਸਲਾਹ ਨਾਲ ਤਿਆਰ ਕੀਤੀ ਹੈ ਸਿੱਧੂ ਅਤੇ ਕਾਂਗਰਸੀ ਨੇਤਾ ਜਾਣਦੇ ਹਨ ਕਿ ਚੂਨਾ ਦੇ ਵਿੱਚ ਸਮਾਂ ਘੱਟ ਹੈ ਚੂਨਾ ਸੰਬੰਧੀ ਚੂਨ ਜਾਬਤਾ ਦਸੰਬਰ ਦੇ ਦੂਜੇ ਹਫਤੇ ਪੰਜਾਬ ਵਿੱਚ ਲਾਗੂ ਹੋ ਜਾਵੇਗਾ ਸਰਕਾਰ ਅਤੇ ਪਾਰਟੀ ਕੋਲੇ ਕੰਮ ਕਰਨ ਲਈ ਸਿਰਫ 4 ਮਹੀਨੇ ਬਾਕੀ ਹਨ ਇਹਨਾਂ 4 ਮਹੀਨਿਆਂ ਵਿੱਚ 18 ਨੁਕਤੇ ਪ੍ਰੋਗਰਾਮ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ ਜੋ ਪਾਰਟੀ ਹਾਈ ਕਮਾਂਡ ਨੇ ਮੁੱਖ ਮੰਤਰੀ ਨੂੰ ਦਿੱਤੀ ਹੈ ਇਸ ਲਈ ਸਿੱਧੂ ਅਤੇ ਸਹਿਕਰਮੀਆਂ ਦਾ ਵਿਚਾਰ ਹੈ ਕਿ ਸਿਰਫ ਕੁਝ ਖਾਸ ਮੁੱਦਿਆਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਦੋਸਤੋ ਤੁਹਾਨੂੰ ਕੀ ਲੱਗਦਾ ਕਾਂਗਰਸ 2022 ਦੇ ਵਿੱਚ ਪੰਜਾਬ ਚ ਆ ਸਕਦੀ ਆ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ yes ਜਾਂ no ਜ਼ਰੂਰ ਲਿਖੋ ਸਿੱਧੂ ਨੇ ਉਹਦਾ ਸੰਭਾਲਣ ਤੋਂ ਬਾਅਦ 18 ਮੁੱਦਿਆਂ ਦਾ ਜ਼ਿਕਰ ਕੀਤਾ ਤੇ ਹੁਣ ਉਹਨਾਂ ਨੇ ਪਹਿਲੇ ਮੁੱਖ ਮੰਤਰੀ ਪਹਿਲਾ ਮੁੱਖ ਮੰਤਰੀ ਨੂੰ ਇੱਕ ਪੱਤਰ ਸੌਂਪਿਆ ਤੇ ਫਿਰ ਪੰਜ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ ਹੁਣ ਮਹਾਲੀ ਦੇ ਵਿੱਚ ਮਹਾਲੀ ਨੂੰ ਮਿਲੇਗਾ ਬਲਾਕ ਦਾ ਦਰਜਾ ਮੁੱਖ ਮੰਤਰੀ ਨੇ ਬਲਾਕ ਬਣਾਉਣ ਦੀ ਤਜਵੀਜ਼ ਨੂੰ ਦਿੱਤੀ ਹਰੀ ਚੰਡੀ ਪੰਜਾਬ ਸਰਕਾਰ ਨੇ ਮੋਹਾਲੀ ਸ਼ਹਿਰ ਨੂੰ ਬਲਾਕ ਦਾ ਦਰਜਾ ਦੇਣ ਦੀ ਤਿਆਰੀ ਕਰ ਰਹੀ ਹੈ ਸੂਤਰਾਂ ਦੇ ਅਨੁਸਾਰ ਪੰਜਾਬ ਸਰਕਾਰ ਜ਼ਿਲ੍ਹਾ ਮੋਹਾਲੀ ਦੇ ਵਿੱਚ ਸ਼ਹਿਰ ਮੋਹਾਲੀ ਨੂੰ ਨਵਾਂ ਬਲਾਕ ਬਣਾ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰੀ ਝੰਡੀ ਦੇ ਦਿੱਤੀ ਹੈ ਪਤੀ ਤੋਂ 28 ਲੱਖ ਰੁਪਏ ਖਰਚਾ ਕੇ ਕੈਨੇਡਾ ਸੈਟਲ ਹੋਈ ਪਤਨੀ ਨੇ ਪਤੀ ਨੂੰ ਸੱਦਨ ਤੋਂ ਕੀਤਾ ਇਨਕਾਰ ਪਤਨੀ ਤੇ ਮੁਕਦਮਾ ਦਰਜ ਦੇਸ਼ ਵਿੱਚ ਪੈਸੇ ਦੀ ਕਮੀ ਦੇ ਚਲਦਿਆਂ ਵਿਆਹ ਚਾਕੇ ਪਤੀ ਦਾ ਖਰਚਾ ਕਰਵਾ ਕੇ ਕੈਨੇਡਾ ਸੈਟਲ ਹੋਣ ਤੋਂ ਬਾਅਦ ਪਤੀ ਨੂੰ ਭੁੱਲਣ ਵਾਲੇ ਵੱਧ ਰਹੇ ਮਾਮਲਿਆਂ ਦੇ ਵਿੱਚ ਅੱਜ ਇੱਕ ਹੋਰ ਨਵਾਂ ਮਾਮਲਾ ਜੁੜ ਗਿਆ ਇਸ ਮਾਮਲੇ ਵਿੱਚ ਕੈਨੇਡਾ ਸੈਟਲ ਹੋਈ ਪਤਨੀ ਨੇ 28 ਲੱਖ ਰੁਪਏ ਪਤੀ ਤੋਂ ਲੈ ਕੇ ਕੈਨੇਡਾ ਸਕਰਦਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਮਾਮਲੇ ਦੇ ਵਿੱਚ ਰਾਏਕੋਟ ਦੇ ਪਿੰਡ ਮਾਨੇ ਹਰਨਾ ਕਲਾ ਵਾਸੀ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਦਾ ਵਿਆਹ ਜੈਸਵੀਨ ਕੌਰ ਪੁੱਤਰੀ ਚੈਨਚਲ ਸਿੰਘ ਵਾਸੀ ਕੁਰੂਕੁਸ਼ੇਤਰ ਦੇ ਪਿੰਡ ਚੱਕ ਪਲਾਂਟ ਅਦੋਹਾ ਨਾਲ 14 ਨਵੰਬਰ 2015 ਵਿੱਚ ਹੋਇਆ ਸੀ ਦੋਵਾਂ ਦੇ ਵਿੱਚ ਤੈ ਸੀ ਕਿ ਉਸ ਨੂੰ ਕੈਨੇਡਾ ਭੇਜਣਾ ਤੇ ਵਰਕ ਪਰਮਿਟ ਲੈਣ ਦਾ ਸਾਰਾ ਖਰਚ ਅਮਰੀਕ ਸਿੰਘ ਕਰੇਗਾ ਜੈਸਮੀਨ ਹੋਰੀ ਕੈਨੇਡਾ ਸੈਟਲ ਹੋਗੀ ਤੇ ਜਗਰੂਪ ਨੂੰ ਕੈਨੇਡਾ ਸੱਦ ਲਵੇਗੀ ਪਰ ਉੱਥੇ ਜਾਣ ਤੋਂ ਬਾਅਦ ਉਹਨੇ ਨਾ ਕਰ ਦਿੱਤੀ ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਦੇ ਸੜਕ ਹਾਦਸੇ ਵਿੱਚ ਮੌਤ ਤੋਂ ਪਿੰਡ ਦੇ ਅੰਦਰ ਸ਼ਾਈ ਸੋਗ ਦੀ ਲਹਿਰ ਸੋ ਕੈਨੇਡਾ ਚ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲਿਆ ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮੀਂਹ ਦੇ ਨਾਲ ਘਰ ਦੀ ਛੱਤ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਬੀਤੀ ਰਾਮ ਮੀਤ ਦੇ ਕਾਰਨ ਖਮਾਣੂਪੁਰ ਦੇ ਵਾਰਡ ਨੰਬਰ 3 ਵਿਖੇ ਘਰ ਦੀ ਛੱਤ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਛਾਣ ਅਮਰਵੀਰ ਸਿੰਘ ਪੁੱਤਰ ਪਰਮਵੀਰ ਸਿੰਘ ਵਾਸੀ ਪਿੰਡ ਬਾਲਸੰਡਾ ਜ਼ਿਲ੍ਹਾ ਰੋਪੜਵੱਜ ਹੋਈ ਹੈ ਮ੍ਰਿਤਕ ਪੂਆ ਦੇ ਘਰ ਰਹਿ ਰਿਹਾ ਸੀ। ਕਿਸਾਨ ਤੇ ਕਰੀਬ 17 ਲੱਖ ਕਰੋੜ ਦਾ ਕਰਜ਼ਾ ਕੇਂਦਰ ਨੇ ਕਿਹਾ ਮਾਫੀ ਦੀ ਕੋਈ ਯੋਜਨਾ ਨਹੀਂ ਸੋ ਕੇਂਦਰ ਨੇ ਸਾਫ ਸਾਫ ਮਨਾਂ ਕਰ ਦਿੱਤਾ ਇਹ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਮੇਂ ਦੇਸ਼ ਦੇ ਵਿੱਚ ਕਰਜ਼ਾ ਮਾਫੀ ਦੀ ਕੋਈ ਯੋਜਨਾ ਨਹੀਂ ਵਿਪਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨ ਰਾਓ ਕਰਾੜ ਨੇ ਹਿੱਜ ਸੰਸਦ ਵਿੱਚ ਜਾਣਕਾਰੀ ਦਿੱਤੀ ਹਾਲਾਂਕਿ ਦੇਸ਼ ਵਿੱਚ ਕਿਸਾਨੀ ਕਰਜ਼ਾ ਮਾਫੀ ਦਾ ਮੁੱਦਾ ਹਮੇਸ਼ਾ ਹੀ ਤਤਤਾ ਤਤਤਾ ਰਹਿੰਦਾ ਹੈ ਇਸ ਦੀ ਤਾਜ਼ਾ ਮਿਸਾਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਜਦੋਂ 15 ਲੱਖ ਕਿਸਾਨਾਂ ਦੇ ਕਰਜ਼ੇ ਮਾਫੀ ਦੇ ਅਧੂਰੇ ਵਾਅਦੇ ਬਾਰੇ ਸਰਕਾਰ ਉੱਤੇ ਸਵਾਲ ਖੜੇ ਕੀਤੇ ਗਏ ਸਮੇਂ ਰਾਜ ਸਰਕਾਰ ਨੇ ਹਾਲੀ ਦੇ ਵਿੱਚ ਕਰਜ਼ਾ ਮਾਫੀ ਸਕੀਮ ਦਾ ਐਲਾਨ ਕੀਤਾ ਅਗਲੇ ਸਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ NABARD ਦੇ ਅੰਕੜੇ ਦੱਸਦੇ ਨੇ ਕਿ ਦੇਸ਼ ਦੇ ਕਿਸਾਨਾਂ ਤੇ 1680366 ਕਰੋੜ ਰੁਪਏ ਦਾ ਕਰਜ਼ਾ ਹੈ। ਰਾਜ ਮੰਤਰੀ ਨੇ ਸੰਸਦ ਵਿੱਚ ਮਾਨਸੂਨ ਸੈਸ਼ਨ ਦੇ ਦੌਰਾਨ ਕਿਸਾਨੀ ਕਰਜ਼ਿਆਂ ਨਾਲ ਜੁੜੇ ਅੰਕੜੇ ਸਾਂਝੇ ਕੀਤੇ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਯਾਨੀ ਕਿ NABARD ਦੇ ਮਾਰਚ 2021 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੱਖਣੀ ਭਾਰਤ ਤਾਮਿਲਨਾਡੂ ਰਾਜ ਦੇ ਵਿੱਚ ਕਿਸਾਨ ਸਭ ਤੋਂ ਕਰਜ਼ਾਈ ਹਨ ਜਿੱਥੇ ਅੰਕੜਾ 190623 ਕਰੋੜ ਰੁਪਏ ਦਾ ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਕਰਨਾਟਕ ਸਭ ਤੋਂ ਵੱਧ ਕਰਜ਼ੇ ਵਾਲੇ ਰਾਜ ਨੇ ਗੈਂਗਸਟਰ ਪ੍ਰੀਤ ਸੇਖੋ ਭਾਰੀ ਪੁਲਿਸ ਸੁਰੱਖਿਆ ਹੇਠ ਅਦਾਲਤ ਦੇ ਵਿੱਚ ਪੇਸ਼ 5 ਦਿਨ ਦਾ ਮਿਲਿਆ ਰਿਮਾਂਡ ਬੀਤੇ ਕੱਲ ਪੰਜਾਬ ਪੁਲਿਸ ਦੇ ਵੱਲੋਂ ਜਨਾਲਾਦੀਨ ਆਉਂਦੇ ਪਿੰਡ ਚਮਿਆਰੀ ਤੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋ ਜਰਮਨਜੀਤ ਨਿੱਕੂ ਖੰਡੂਰੀਆ ਤੇ ਗੁਰਲਾਲ ਸਿੰਘ ਨੂੰ ਭਾਰੀ ਪੁਲਿਸ ਸੁਰੱਖਿਆ ਅਧੀਨ ਅਜਨਾਲਾ ਦੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਗੈਂਗਸਟਰਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਦਾ 5 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਲਈ ਸਿਰਦਰਦੀ ਬਣ ਚੁੱਕੇ ਗੈਂਗਸਟਰ ਪ੍ਰੀਤ ਸੇਖੋ ਅਮਰਤਸਰੀਆ ਤੇ ਗੈਂਗਸਟਰ ਨਿੱਕੂ ਖੱਡਰੀਆ ਨੂੰ ਪੁਲਿਸ ਵਾਲ ਨੇ ਪੁਲਿਸ ਨੇ ਮੰਗਲਵਾਰ ਨੂੰ ਅਜਨਾਲਾ ਦੇ ਪਿੰਡ ਚਮਿਆਰੀ ਵਿੱਚ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਇੱਕ ਘਰ ਦੇ ਵਿੱਚ ਲੁਕਿਆ ਬੈਠਾ ਸੀ ਕੈਨੇਡਾ ਜਾਣ ਲਈ ਵਿਆਹਾਂ ਦਾ ਕਾਰੋਬਾਰ ਟੱਪਿਆ ਹੱਦੇ ਬੰਨੇ ਪ੍ਰਵਾਸ ਕਰਨ ਦੀ ਇੱਛਾ ਚੋਂ ਭਾਰਤ ਵਿਚਾਲੇ ਪੰਜਾਬੀ ਭਾਈਚਾਰੇ ਵਿੱਚ ਇੰਨੀ ਇੱਛਾ ਵੱਧ ਚੁੱਕੀ ਹੈ ਕਿ ਲੋਕ ਆਪਣਾ ਦੇਸ਼ ਛੱਡ ਕੇ ਦੂਸਰੀ ਵਿਦੇਸ਼ੀ ਮੁੜਕਾ ਤੱਕ ਪਹੁੰਚ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਨੇ ਇੱਥੋਂ ਤੱਕ ਕਿ ਮਨੁੱਖੀ ਤਸਕਰਾਂ ਦੀ ਵਰਤੋਂ ਜਾਣਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਉਲੰਘਣਾ ਵਰਗੇ ਪੇਚੀਦਾ ਤਰੀਕੇ ਅਪਣਾ ਰਹੇ ਨੇ ਇਮੀਗ੍ਰੇਸ਼ਨ ਧੋਖਾਧੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕੈਨੇਡਾ ਦਾ ਇਮੀਗ੍ਰੇਸ਼ਨ ਵੀ ਧੋਖਾਧੜੀ ਵਿੱਚ ਸ਼ਾਮਲ ਇਮੀਗ੍ਰੇਸ਼ਨ ਬਹੁਤ ਹੀ ਵੱਡੋ ਕਾਰੋਬਾਰ ਹੋ ਬਣ ਚੁੱਕਾ ਹੈ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਬਹੁਤ ਵੱਡਾ ਧੋਖਾ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਰਾਤੋਂ ਰਾਤ ਅਮੀਰ ਬਣਾਉਂਦਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕੰਟਰੈਕਟ ਮੈਰਿਜ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਾਪਤ ਕਰਨ ਦਾ ਮੁੱਖ ਸਾਧਨ ਬਣ ਗਿਆ ਕੰਟਰੈਕਟ ਮੈਰਿਜ ਦੇ ਇਸ ਹੱਦ ਤੱਕ ਵੱਧ ਗਿਆ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਾਪਤ ਕਰਨ ਦਾ ਆ ਇੱਕ ਆ ਨਿਖੜਵਾ ਅੰਗ ਬਣ ਚੁੱਕਾ ਹੈ ਆਈਲੈਟਸ ਬੈਂਡ ਜਾਲੀ ਕਾਲਜ ਦਾਖਲੇ ਜੈਂਟਾ ਲਈ ਭਾਰੀ ਕਮਿਸ਼ਨ ਪੀ ਐਨ ਪੀ ਐਲ ਐਮ ਆਈ ਦੀ ਖਰੀਦ ਵਿੱਚ ਸਭ ਕੁਝ ਸਰਕਾਰ ਦੀਆਂ ਨਜ਼ਰਾਂ ਅੱਗੇ ਨਜ਼ਰਾਂ ਅੱਗੇ ਹੋ ਰਿਹਾ ਪਰ ਸਰਕਾਰ ਟਸ ਤੋਂ ਮਸਣੀ ਹੋ ਰਹੀ ਉਹ ਅੱਖਾਂ ਬੰਦ ਕਰਕੇ ਕੈਨੇਡਾ ਸਰਕਾਰ ਦੇ ਬੈਂਕ ਖਾਤੇ ਭਰੀ ਜਾ ਰਹੀ ਆ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਤੋਂ ਕੇਂਦਰ ਨੇ ਕੀਤਾ ਸਾਫ਼ ਇਨਕਾਰ ਸੋ ਦੇਸ਼ ਦੇ ਇਸ ਵੇਲੇ ਲਗਭਗ 17 ਲੱਖ ਕਰੋੜ ਦਾ ਕਰਜ਼ਾ ਹੈ ਕਿਸਾਨਾਂ ਦੇ ਸਿਰ ਤੇ ਸੋ ਇਸ ਸਮੇਂ ਕੇਂਦਰ ਸਰਕਾਰ ਨੇ ਕਰਜ਼ਾ ਮਾਫੀ ਤੋਂ ਨਾ ਕਰ ਦਿੱਤੀ ਹੈ ਕੇਂਦਰੀ ਵਿੱਤ ਰਾਜ ਮੰਤਰੀ ਭਾਗਵਤ ਕਿਸ਼ਨ ਰਾਓ ਕਾਰਦ ਨੇ ਇਹ ਜਾਣਕਾਰੀ ਦਿੱਤੀ ਹੈ ਸੋ ਜਵਾਬ ਦਿੱਤਾ ਹੈ ਉਹਨਾਂ ਨੇ ਮੁੱਦੇ ਤੇ ਪੁੱਛੇ ਗਏ ਸਵਾਲ ਦੇ ਵਿੱਚ ਜਵਾਬ ਦਿੱਤਾ ਸਪਸ਼ਟ ਕਰ ਦਿੱਤਾ ਕਿ ਦੇਸ਼ ਵਿੱਚ ਕਰਜ਼ਾ ਮਾਫੀ ਦੀ ਕੋਈ ਯੋਜਨਾ ਨਹੀਂ ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨ ਰਾਉਕ ਰਾਦ ਸੰਸਦ ਦੇ ਵਿੱਚ ਇਹ ਜਾਣਕਾਰੀ ਦੇ ਰਹੇ ਹਨ ਲਾਪ੍ਰੀਤ ਨੂੰ ਇਨਸਾਫ ਦਿਵਾਉਣ ਦੇ ਲਈ ਮੀਚੂ ਡਾਟੇ ਪਰਵਾਰਕ ਮੈਂਬਰ ਅਤੇ ਪਿੰਡ ਵਾਸੀ ਪਿਛਲੇ ਦਿਨੀ ਮੀ ਇੱਕ ਮਹੀਨੇ ਤੋਂ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਨੌਲਾ ਦੇ ਕੋਠੇ ਗੋਬਿੰਦਪੁਰਾ ਨਾਲ ਸਬੰਧਤ ਲਾਪ੍ਰੀਤ ਸਿੰਘ ਦੀ ਮੌਤ ਮਾਮਲੇ 'ਚ ਪੰਜਾਬ ਦੇ ਸਮੇਤ ਦੇਸ਼ ਵਿਦੇਸ਼ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲਾਪ੍ਰੀਤ ਦੀ ਮੌਤ ਲਈ ਪਰਿਵਾਰ ਵੱਲੋਂ ਉਸਦੀ ਕੈਨੇਡਾ ਰਹਿੰਦੀ ਪਤਨੀ ਬਿਜੰਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਨੂੰ ਲੈ ਕੇ ਅੱਜ ਪਾਵੇਂ ਤਨੌਲਾ ਥਾਣੇ ਦੀ ਪੁਲਿਸ ਵੱਲੋਂ ਲਾਪਰੀਤ ਦੀ ਪਤਨੀ ਵਿਰੁੱਧ 420 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਪਰੰਤੂ ਪਰਿਵਾਰ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਦਿਖਾਈ ਨਹੀਂ ਦੇ ਰਿਹਾ ਇਸ ਕਰਕੇ ਇਨਸਾਫ ਲੈਣ ਦੇ ਲਈ ਅੱਜ ਲਾਪਰੀਤ ਦੇ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਬਰਨਾਲਾ ਚੰਡੀਗੜ੍ਹ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਵਰਦੇ ਮੀਂਹ ਦੇ ਵਿੱਚ ਧਰਨਾਕਾਰੀਆਂ ਵੱਲੋਂ ਲਾਪਰੀਤ ਦੀ ਪਤਨੀ ਤੇ ਉਸਦੇ ਸਹੁਰਾ ਪਰਿਵਾਰ ਦੇ ਵਿਰੁੱਧ ਲਾਪਰੀਤ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਉਣ ਵਾਲੇ ਦੋਚਾ ਤਹਿਤ ਪਰਚਾ ਦਰਜ ਕਰਨ ਦੀ ਮੰਗ ਗੱਲ ਕੀਤੀ ਹੈ ਆਖਰ ਕਿਉਂ ਵਧ ਰੀਆਂ ਹਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕੇਂਦਰ ਸਰਕਾਰ ਨੇ ਸੰਸਦ ਵਿੱਚ ਦੱਸਿਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਅਦੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹਮਲੇ ਵਿੱਚ ਆਈ ਮੋਦੀ ਸਰਕਾਰ ਨੇ ਅੱਜ ਕਿਹਾ ਕਿ ਪਿਛਲੇ 1 ਸਾਲ ਵਿੱਚ ਪੈਟਰੋਲ ਅਤੇ ਡੀਜ਼ਲ ਕੇਂਦਰੀ ਟੈਕਸਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੂਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਚ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਪਰ ਚੂਨ ਵੇਚਣ ਵਾਲੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਉਤਪਾਦਾਂ ਦੀਆਂ ਉੱਚ ਕੀਮਤਾਂ ਵੱਖ-ਵੱਖ ਰਾਜਾਂ ਵੱਲੋਂ ਲਾਏ ਗਏ ਵੈਟ ਦੇ ਵਾਅਦੇ ਨਾਲ ਸਬੰਧਤ ਬੇਸ ਪ੍ਰਾਈਜ਼ ਵਿੱਚ ਵਾਧਾ ਹੋਇਆ ਸਰਕਾਰ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੁਮਾਂਤਰੀ ਕੀਮਤਾਂ ਦੇ ਅਸਥਿਰਤਾ ਦੇ ਨਾਲ ਜੁੜੇ ਮੁੱਦੇ ਚੁੱਕ ਰਹੀਆਂ ਹਨ ਮੋਦੀ ਕੈਬਨਿਟ ਦਾ ਵੱਡਾ ਫੈਸਲਾ ਬੈਂਕ ਡੁੱਬਿਆ ਤਾਂ 90 ਦਿਨਾਂ ਦੇ ਵਿੱਚ ਵਾਪਸ ਮਿਲਣਗੇ ਗਾਹਕਾਂ ਦੇ ਪੈਸੇ ਵੱਡੀ ਖਬਰ ਹੈ ਦੋਸਤੋ ਬੈਂਕ ਦੇ ਡੁੱਬਣ ਨਾਲ ਡਿਪੋਜ਼ੀਟਰ ਦੀ 5 ਲੱਖ ਰੁਪਏ ਤੱਕ ਦੀ ਰਕਮ 90 ਦਿਨਾਂ ਦੇ ਅੰਦਰ ਅੰਦਰ ਵਾਪਸ ਮਿਲ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰੀ ਕੈਬਨਟ ਨੇ ਬੁੱਧਵਾਰ ਨੂੰ ਇਸ ਨਾਲ ਜੁੜੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੈਬਨਟ ਨੇ ਇਸ ਅਮਲ ਦੇ ਵਿੱਚ ਲਿਆਉਣ ਦੇ ਲਈ DICGC ਐਕਟ ਦੇ ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਇਹ ਜਾਣਕਾਰੀ ਦਿੱਤੀ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦੇਣ ਦੇ ਲਈ ਅਜੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਕਿਹਾ ਆਰਬੀਆਈ ਜੇ ਕਿਸੇ ਬੈਂਕ ਤੇ ਮੋਰਟੋਰੀਅਮ ਲਾਉਂਦੀ ਆ ਤਾਂ ਉਹ ਪੈਸੇ ਲੋਕਾਂ ਨੂੰ ਵਾਪਸ ਪਾਉਣ ਦੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਡਿਪਾਜ਼ਿਟ ਇੰਸ਼ੋਰੈਂਸ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਦਾ ਗਠਨ ਕੀਤਾ ਜਾਵੇਗਾ ਅੱਜ ਕੈਬਨਿਟ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 90 ਦਿਨਾਂ ਦੇ ਅੰਦਰ-ਅੰਦਰ ਜਮਾ ਕਰਤਾਵਾਂ ਨੂੰ 5 ਲੱਖ ਰੁਪਏ ਤੱਕ ਦੀ ਵਾਪਸ ਰਕਮ ਮਿਲ ਜਾਵੇਗੀ। ਪੰਜਾਬ ਦੀਆਂ ਤਹਿਸੀਲਾਂ ਅੰਦਰ ਭ੍ਰਸ਼ਟਾਚਾਰ ਵੱਡੀ ਪੱਧਰ ਤੇ ਫੈਲਿਆ ਹਰਪਾਲ ਚੀਮਾ ਪੰਜਾਬ ਦੇ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਸੂਬੇ ਦੇ ਅੰਦਰ ਭ੍ਰਸ਼ਟਾਚਾਰ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਸਫਲ ਰਹੀ ਹੈ ਜਿਸ ਕਰਕੇ ਸੂਬੇ 'ਚ ਭ੍ਰਸ਼ਟਾਚਾਰ ਦਾ ਬੋਲਬਾਲਾ ਕਈ ਗੁਣਾ ਵੱਧ ਗਿਆ ਖਾਸ ਕਰਕੇ ਤਹਿਸੀਲਾਂ ਅੰਦਰ। ਇਹੇ ਭ੍ਰਸ਼ਟਾਚਾਰ ਸਿਖਰਾਂ ਤੇ ਆ ਜਿੱਥੇ ਹਰ ਇੱਕ ਛੋਟੇ ਅਤੇ ਵੱਡੇ ਕੰਮ ਨੂੰ ਬਿਨਾਂ ਰਿਸ਼ਵਤ ਤੋਂ ਨਹੀਂ ਕੀਤਾ ਜਾ ਰਿਹਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਦੜਬਾ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਚੀਮਾ ਨੇ ਕੀਤਾ ਉਹਨਾਂ ਨੇ ਕਿਹਾ ਤਹਿਸੀਲਾਂ ਦੇ ਅੰਦਰ ਬਿਨਾਂ ਕਿਸੇ ਡਰ ਪੈ ਤੋਂ ਲੋਕਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਰਜਿਸਟਰੀਆਂ ਤੇ ਹੋਰ ਕਮਾਂਕਾਰਾਂ ਵਿੱਚ ਬੇਮਤਲਬ ਦੇ ਨੁਕਸ ਕੱਢ ਕੇ ਉਹਨਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਦੂਜੇ ਪਾਸੇ ਇੰਤਕਾਲ ਕਰਵਾਉਣ ਤੋਂ ਲੈ ਕੇ ਹੋਰ ਗਲਤੀਆਂ ਚ ਸੋਧ ਕਰਵਾਉਣ ਦੇ ਨਾਮ ਤੇ ਲੋਕਾਂ ਤੋਂ ਹਜ਼ਾਰਾਂ ਰੁਪਏ ਦੀ ਰਿਸ਼ਵਤ ਵਟੋਰੀ ਜਾ ਰਹੀ ਹੈ ਉਹਨਾਂ ਨੇ ਕਿਹਾ ਦੜਬਾ ਹਲਕੇ ਦੀ ਤਹਿਸੀਲ ਦੇ ਅੰਦਰ ਵੱਡੇ ਪੱਧਰ ਤੇ ਗੋਲਮਾਲ ਚੱਲ ਰਿਹਾ ਹੈ ਫਰਦ ਬਰਦ ਦੀ ਪ੍ਰਕਿਰਿਆ ਮਾਲ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਨੋਟ ਛਾਪਣ ਵਾਲੀ ਮਸ਼ੀਨ ਬਣ ਗਈ ਆ ਭੋਲੇ-ਪਾਲੇ ਜ਼ਮੀਨਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਦੇ ਰਿਕਾਰਡ ਜਾਣ ਬੁੱਝ ਕੇ ਭਾਰੀ ਗਲਤੀਆਂ ਕਰਕੇ ਮੋਟੀ ਰਕਮ ਵਸੂਲਦੇ ਦਿਖਾਈ ਦੇ ਰਹੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੁੱਖ ਮੰਤਰੀ ਨੇ ਪੀਐਸਪੀਸੀਐਲ ਨੂੰ ਇੱਕ ਤਰਫਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਦੇ ਦਿੱਤੇ ਨਿਰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਉਹਨਾਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਇੱਕ ਤਰਫਾ ਸਾਰੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਜਾਂ ਮੁੜ ਖੋਖਣ ਲਈ ਆਖਿਆ ਜਿਹੜੀਆਂ ਕੰਪਨੀਆਂ ਝੋਨੇ ਦੀ ਬਜਾਈ ਅਤੇ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਦੀ ਸਿਖਰਲੀ ਮੰਗ ਨੂੰ ਪੂਰਾ ਕਰਨ ਦੀ ਤਸੱਲੀ ਬਖਸ਼ ਸਪਲਾਈ ਦੇਣ ਲਈ ਕੀਤੇ ਗਏ ਸਮਝੌਤੇਆਂ ਤੇ ਖਰੀਆਂ ਨਹੀਂ ਉਤਰੀਆਂ ਤਲਵੱਡੀ ਸਾਬੋ ਪਾਵਰ ਪਲਾਂਟ ਤੇ ਮਾਨਸਾ ਜੋ ਸੂਬੇ ਦਾ ਸਭ ਤੋਂ ਵੱਡਾ ਨਿੱਜੀ ਥਰਮਲ ਪਲਾਂਟਾਂ ਵਿੱਚੋਂ ਇੱਕ ਹੈ ਝੋਨੇ ਦੇ ਸੀਜ਼ਨ ਦੌਰਾਨ ਵੱਡੀ ਇਹ ਸਫਲਤਾ ਦਾ ਗੰਭੀਰ ਨੋਟਿਸ ਲੈਂਦੇ ਆ ਮੁੱਖ ਮੰਤਰੀ ਨੇ ਪੀਐਸਪੀਸੀਐਲ ਨੂੰ ਇਸ ਦੀ ਪੀਪੀਏ ਰੱਦ ਕਰਨ ਦੇ ਨਿਰਦੇਸ਼ ਦਿੱਤੇ ਕਿਉਂ ਜੋ ਇਹ ਸਮਝੌਤਾ ਬਹੁਤ ਕੰਪਨੀ ਦੇ ਹੱਕ ਵਿੱਚ ਜਾਂਦਾ ਹੈ ਉਹਨਾਂ ਨੇ ਪੀਐਸਪੀਸੀਐਲ ਨੂੰ ਇਹ ਵੀ ਆਖਿਆ ਕਿ ਪਿਛਲੀ ਕਾਲੀ ਭਾਜਪਾ ਸਰਕਾਰ ਵੱਲੋਂ ਵਕ ਵਕ ਆਜਾਦਾਨਾ ਬਿਜਲੀ ਨਿਰਮਾਤਾਵਾਂ ਨੂੰ ਜੋ ਮੁੱਢਲੇ ਸੂਬੇ ਦੀ ਖਾਸ ਕਰਕੇ ਝੋਨੇ ਦੀ ਬਜਾਈ ਅਤੇ ਗਰਮੀ ਦੇ ਮੌਸਮ ਦੌਰਾਨ ਪੈਦਾ ਹੋਣ ਦੀ ਮੰਗ ਨੂੰ ਪੂਰਾ ਕਰਨ ਦੀ ਸਥਾਪਿਤ ਕੀਤੇ ਗਏ ਸਨ ਸਹੀ ਵੱਧ ਤਰੀਕੇ ਦੇ ਨਾਲ ਬਿਜਲੀ ਖਰੀਦ ਸਮਝੌਤਿਆਂ ਦਾ ਨਰੀਖਣ ਕੀਤਾ ਜਾਵੇ ਉਹਨਾਂ ਨੇ ਪੀਐਸਪੀਸੀਐਲ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਇੱਕ ਪਾਸੜ ਪੀਪੀਏਜ਼ ਰੱਦ ਕਰਕੇ ਮੁੜ ਖੋਖੇ ਜਾਣ ਜਿਨ੍ਹਾਂ ਦਾ ਸੂਬੇ ਨੂੰ ਕੋਈ ਫਾਇਦਾ ਨਹੀਂ ਮर्याਦਾ ਦੀ ਉਲੰਘਣਾ ਦਾ ਮਾਮਲਾ ਗੁਰਦੁਆਰਾ ਨਾਨਕ ਮੱਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਦਿੱਤੇ ਅਸਤੀਫੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਪਹੁੰਚਣ ਦਾ ਸਵਾਗਤ ਵਿੱਚ ਮਰਿਆਦਾ ਦੀ ਹੋਈ ਉਲੰਘਣਾ ਦੇ ਨਾਲ ਮਾਮਲੇ 'ਚ ਮੌਜੂਦਾ ਪ੍ਰਬੰਧਕੀ ਕਮੇਟੀ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਤਿੰਨ ਮੈਂਬਰੀ ਕਮੇਟੀ ਨੇ ਗੁਰਦੁਆਰਾ ਨਾਨਕ ਸਾਹਿਬ ਨਾਨਕ ਮੱਤਾ ਸਾਹਿਬ ਵਿੱਚ ਪਹੁੰਚ ਕੇ ਪੜਤਾਲ ਕੀਤੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਸੰਗਤਾਂ ਵਿੱਚੋਂ ਪੰਜ ਮੈਂਬਰੀ ਕਮੇਟੀ ਕਾਰਜਕਾਰੀ ਕਮੇਟੀ ਬਣਾਈ ਗਈ ਹੈ ਜੋ ਹਗਲੇ ਹੁਕਮਤ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੇਖੇਗੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁਖਗੇ ਅਗਰੰਤੀ ਗਿਆਨੀ ਮਲਕੀਤ ਸਿੰਘ ਧਰਮ ਪ੍ਰਚਾਰ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਟੂਟੀਆਂ ਤੇ ਇੰਚਾਰਜ ਧਾਰਮਿਕ ਵਿੜਤਾਲਾਜੀਤ ਸਿੰਘ ਅਧਾਰਤ ਕਮੇਟੀ ਨੂੰ ਉੱਤਰਾਖੰਡ ਵਿੱਚ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਦਿਆਂ ਪ੍ਰਬੰਧਕਾਂ ਦੇ ਬਿਆਨ ਦਰਜ ਕੀਤੇ ਸੰਗਤ ਦੀ ਮਨਸ਼ਾ ਦੇ ਅਨੁਸਾਰ ਗੁਰਦੁਆਰਾ ਨਾਨਕ ਨਾਨਕ ਮੱਤਾ ਸਾਹਿਬ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਪੁਲਿਸ ਮੁਖੀ ਨੂੰ 45 ਸੈੱਲ ਸਥਾਪਿਤ ਕਰਨ ਦੇ ਹੁਕਮ ਪੰਜਾਬ ਰਾਜ ਨੂੰ ਸੂਚਿਤ ਜਾਤੀਆਂ ਕਮਿਸ਼ਨ ਦੇ ਵੱਲੋਂ ਅੱਜ ਇੱਕ ਪੱਤਰ ਆਹੀਂ ਪੰਜਾਬ ਪੁਲਿਸ ਦੇ ਮੁਖੀ ਨੂੰ ਹੁਕਮ ਦਿੱਤੇ ਗਏ ਹਨ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸ਼ਿਕਾਇਤ ਤੇ ਸ਼ਿਕਾਇਤਾਂ ਦੀ ਪੜਤਾਲ ਲਈ ਪੜਤਾਲੀਆ ਸੈੱਲ ਸਥਾਪਿਤ ਕੀਤਾ ਜਾਵੇ ਸਬੰਧੀ ਜਾਣਕਾਰੀ ਦੰਦਿਆ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਰਾਜਾ ਨੂੰ ਸੂਚਿਤ ਜਾਤੀਆਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੇ ਸਬੰਧ ਵਿੱਚ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਤੋਂ ਪ੍ਰਾਪਤ 45 ਹਜ਼ਾਰ ਰਿਪੋਰਟਾਂ ਨੂੰ ਵਾਚਨ ਅਤੇ ਸ਼ਿਕਾਇਤ ਕਰਤਾਵਾਂ ਨੂੰ ਸੁਨਣ ਉਪਰੰਤ ਕਮਿਸ਼ਨ ਨੇ ਮਹਿਸੂਸ ਕੀਤਾ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਸੱਚੀਆਂ ਹੋਣ ਦੇ ਬਾਵਜੂਦ ਵੀ 45 ਹਜ਼ਾਰ ਰਿਪੋਰਟਾਂ ਐਸ.ਆਈ. ਵਰਗ ਦੇ ਖਿਲਾਫ ਕੀਤੀਆਂ ਜਾਂਦੀਆਂ ਨੇ ਅਮਰਤਸਰ ਦੇ ਵਿੱਚ ਪੰਜ ਬੰਦਿਆਂ ਦੀ ਸ਼ਰਮਨਾਕ ਹਰਕਤ ਲੜਾਈ ਤੋਂ ਬਾਅਦ ਨੌਜਵਾਨ ਨੂੰ ਬੰਦੀ ਬਣਾ ਕੇ ਨੰਗਾ ਕਰਕੇ ਕੁੱਟਿਆ ਤੇ ਪੇ ਆਇਆ ਪਛਾਬ ਪੰਜਾਬ ਦੇ ਵਿੱਚ ਕੁਝ ਮੁੰਡਿਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਖੇਤਰ ਚ ਇੱਕ ਨੌਜਵਾਨ ਨਾਲ ਝਗੜਾ ਕੀਤਾ ਫਿਰ ਉਸ ਨੂੰ ਬੰਦੀ ਬਣਾ ਕੇ ਨੰਗਾ ਕਰਕੇ ਕੁੱਟਿਆ ਐਨਾ ਹੀ ਨਹੀਂ ਉਸ ਨੂੰ ਮਨੁਕੀ ਪਛਾਬ ਵੀ ਪਲਾਇਆ ਗਿਆ ਫਿਰ ਉਸ ਦੇ ਥੱਪੜ ਵੀ ਮਾਰਦੇ ਆ ਇੱਕ ਵੀਡੀਓ ਬਣਾਈ ਗਈ ਪੁਲਿਸ ਨੇ ਪੰਜ ਮੁਲਜ਼ਮਾ ਵਿਕਰਮਜੀਤ ਹੈਪੀ ਸਭਾ ਮੰਤਰੀ ਬਲਵਿੰਦਰ ਸਿੰਘ ਮਨਪ੍ਰੀਤ ਬੋਨੀ ਤੇ ਬਲਵਿੰਦਰ ਦੇ ਵੱਡੇ ਬੇਟੇ ਖਿਲਾਫ ਕੇਸ ਦਰਜ ਕਰ ਲਿਆ ਹੈ 1993 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਵੀਨ ਰੰਜਨ ਬਣੇ ਚੰਡੀਗੜ੍ਹ ਦੇ ਨਵੇਂ ਡੀਜੀਪੀ ਭਾਰਤ ਸਰਕਾਰ ਦੇ 1993 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਵੀਨ ਰੰਜਨ ਦਾ ਤਬਾਦਲਾ ਕਰ ਦਿੱਤਾ ਗਿਆ ਉਹਨਾਂ ਨੂੰ ਡੀਜੀਪੀ ਡਿਊਟੀ ਚੰਡੀਗੜ੍ਹ ਵਿੱਚ ਤਨਾਇਤ ਕੀਤਾ ਗਿਆ ਹੈ 6ਵੇਂ ਤਨਖਾਹ ਕਮਿਸ਼ਨ ਦੇ ਨੋਟੀਫਾਈ ਹੋਣ ਦੇ ਬਾਵਜੂਦ ਜੁਲਾਈ ਦੀਆਂ ਤਨਖਾਹਾਂ ਸੰਬੰਧੀ ਪੰਬਲਪੂਸਾ ਬਰਕਰਾਰ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਨੋਟੀਫਾਈ ਨੋਟੀਫਾਈ ਹੋਣ ਦੇ ਬਾਵਜੂਦ ਜੁਲਾਈ ਦੀਆਂ ਤਨਖਾਹਾਂ ਦੇ ਸਬੰਧੀ ਪੰਬਲ ਪੂਸੇ ਵਾਲੀ ਸਥਿਤੀ ਬਣੀ ਹੈ ਸਬੰਧੀ 71 ਵੇਰਵਿਆਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਨੋਟੀਫਿਕੇਸ਼ਨ ਉਪਰੰਤ ਸਮੂਹ ਡੀ ਡੀਓ ਸ਼ਕਤੀਆਂ ਵਾਲੇ ਅਧਿਕਾਰੀਆਂ ਵੱਲੋਂ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਤੋਂ ਨਵੇਂ ਸਕੇਲ ਦੇ ਵਿੱਚ ਤਨਖਾਹਾਂ ਦੀ ਆਪਸ਼ਨ ਨੂੰ ਲੈ ਕੇ ਤਨਖਾਹ ਕੜਵਾਈ ਜਾਣੀ ਬਣਦੀ ਆ ਤਨਖਾਹਾਂ ਸਬੰਧੀ ਬਿੱਲ ਐਚ ਐਮ ਆਰ ਐਸ ਆਨਲਾਈਨ ਪੋਰਟਲ ਤੇ ਬਣਦੇ ਨੇ ਇਸ ਪੋਰਟਲ ਤੇ ਤਨਖਾਹ ਕਢਵਾਉਣ ਦੇ ਸਬੰਧੀ ਪੁਰਾਣਾ ਹੀ ਸਿਸਟਮ ਵਿਖਾਈ ਦੇ ਰਿਹਾ ਹੈ ਕਿ 6ਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਤਨਖਾਹਾਂ ਕਢਵਾਉਣ ਦੇ ਲਈ ਆਨਲਾਈਨ ਪੋਰਟਲ ਨੂੰ ਅਪਡੇਟ ਕਰਨਾ ਬਣਦਾ ਹੈ ਜਦੋਂ ਇਸ ਦੇ ਇਸ ਦਿੱਕਤ ਸਬੰਧੀ ਤਨਖਾਹ ਕਲਰਕਾ ਖਜ਼ਾਨਾ ਦਫ਼ਤਰਾਂ ਨੂੰ ਸੰਪਰਕ ਕਰਦੇ ਹਾਂ ਤਾਂ ਗੋਨਾ ਵੱਲੋਂ ਵਿਭਾਗੀ ਹਦਾਇਤਾਂ ਅਨੁਸਾਰ ਤਨਖਾਹ ਬਿੱਲ ਨਵੇਂ ਨੋਟੀਫਿਕੇਸ਼ਨ ਅਨੁਸਾਰ ਲੈਣ ਬਾਰੇ ਆਖਿਆ ਜਾਂਦਾ ਏ ਚੰਡੀਗੜ੍ਹ ਤੋਂ ਲਾਪਤਾ ਹੋਈਆਂ ਚਾਰ ਲੜਕੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਕੀਤਾ ਬਰਾਮਦ ਵੱਡੀ ਖਬਰ ਹੈ ਚਾਰ ਮਾਸੂਮ ਲੜਕੀਆਂ ਨੂੰ ਕੁਝ ਐਸਆਈਟੀ ਨੇ ਕੁਝ ਘੰਟਿਆਂ ਵਿੱਚ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਲੜਕੀਆਂ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ ਪੁੱਛਗਿੱਛ ਤੋਂ ਪਤਾ ਚੱਲਿਆ ਕਿ 10 12 13 ਤੇ 16 ਸਾਲ ਦੀਆਂ ਲੜਕੀਆਂ ਆਪਸ ਦੇ ਵਿੱਚ ਦੋਸਤਾਂ ਤੇ ਘੁੰਮਣ ਦੇ ਚੱਕਰ ਵਿੱਚ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਦਿੱਲੀ ਚਲੀਆਂ ਗਈਆਂ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਲੜਕੀਆਂ ਦੱਸੇ ਬਿਨਾ ਘਰ ਕਿਵੇਂ ਛੱਡ ਗਈਆਂ ਆਮ ਆਦਮੀ ਪਾਰਟੀ ਨੇ 9 ਹੋਰ ਹਲਕਾ ਇੰਚਾਰਜਾਂ ਨੂੰ ਲਾਇਆ ਵਿਧਾਨ ਸਭਾ ਹਲਕਾ ਲੰਬੀ ਦਾ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਲਾਇਆ ਗਿਆ ਹਲਕਾ ਇੰਚਾਰਜ ਸੋ ਇੱਕ ਵੱਡਾ ਜਿਹੜਾ ਚਿਹਰਾ ਉੱਥੇ ਲਾ ਦਿੱਤਾ ਗਿਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਹੋਰ ਵੀ ਬਹੁਤ ਸਾਰੇ ਹਲਕਿਆਂ ਦੇ ਇੰਚਾਰਜ ਲਾਏ ਹਨ ਸੰਸਦ ਨੂੰ ਸਪੈਂਡ ਹੋ ਸਸਪੈਂਡ ਹੋ ਸਕਦੇ ਨੇ 10 ਮੈਂਬਰ ਸੰਸਦ ਦੇ ਮਾਨਸੂਚਨ ਸੈਸ਼ਨ ਦੇ ਵਿੱਚ ਪੀਗਾਸਸ ਜਸੂਸੀ ਮਾਮਲਾ ਮੁੱਦਾ ਦਿਨੋ-ਦਿਨ ਗਰਮ ਹੁੰਦਾ ਜਾ ਰਿਹਾ ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਜਸੂਸੀ ਮਾਮਲੇ 'ਚੂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਲੋਕ ਸਭਾ ਦੇ ਚੇਅਰਮੈਨ ਦੇ ਕਾਗਜ਼ ਫਾੜ ਕੇ ਸੁੱਟੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੋਕ ਸਭਾ ਵਿੱਚ ਮਤਾ ਲਿਆ ਕੇ ਕਾਂਗਰਸ ਅਤੇ ਤ੍ਰਿੰਮੂਲ ਕਾਂਗਰਸ ਦੇ 10 ਸੰਸਦ ਮੈਂਬਰਾਂ ਨੂੰ ਮੁਅਤਲੀ ਦੀ ਮੰਗ ਕਰ ਸਕਦੀ ਹੈ ਪਟਿਆਲਾ ਰੈਲੀ ਦੀਆਂ ਤਿਆਰੀਆਂ ਮੁਕੰਮਲ 100 ਬਸਾਂ ਤੇ ਕਾਰਾਂ ਦਾ ਕਾਫਲਾ ਹੋਵੇਗਾ ਰਵਾਨਾ ਪੇ ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਸਾਂਝੇ ਮੁਲਾਜ਼ਮ ਮੁਹਾਜ ਵੱਲੋਂ ਪਟਿਆਲਾ ਵਿੱਚ ਕੀਤੀ ਜਾ ਰਹੀ ਹੱਲਾ ਬੋਲ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਡਾਕਟਰ ਪ੍ਰਿਆੰਕਾ ਠਾਕਰ ਗਰਨਾਮ ਸੈਣੀ ਵਿਸ਼ਾਲ ਵੀਰ ਅਤੇ ਰਗਬੀਰ ਸੂਰਜੇਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਪਠਾਨਕੋੜ ਤੋਂ ਰਣਜੀਤ ਸਾਗਰ ਡੈਮ ਦੇ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵਿੱਚ ਪਟਿਆਲਾ ਹੱਲਾ ਬੋਲ ਰੈਲੀ ਦਾ ਪੂਰਾ ਛਾਇਏ ਕਰਮਚਾਰੀ ਕਰੋ ਜਾਂ ਮਰੋ ਦੇ ਨਾਅਰੇ ਅਧੀਨ 100 ਕਾਰਾਂ ਤੇ ਬੱਸਾਂ ਦੇ ਕਾਫਲੇ ਲੈ ਕੇ ਪਠਾਨਕੋਟ ਤੋਂ ਸਵੇਰੇ 4 ਵਜੇ ਪਟਿਆਲਾ ਲਈ ਰਵਾਨਾ ਹੋ ਜਾਣਗੇ। ਜਲੰਧਰ ਦੇ ਡੀਸੀ ਦਫਤਰ ਵਿੱਚ ਪਤੀ ਪਤਨੀ ਦਾ ਹਾਈ ਵੋਲਟੇਜ ਡਰਾਮਾ ਚਪਲਾਂ ਨਾਲ ਕੁੱਟਿਆ ਪਾਦੀ। ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਪਤੀ ਪਤਨੀ ਆਪਸ ਵਿੱਚ ਝੜ ਗਏ ਜਿਨ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਆਰਟੀਓ ਦਫਤਰ ਚ ਕੰਮ ਕਰਦੇ ਵਿਅਕਤੀ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸਦੇ ਪਤੀ ਨੇ ਉਸਦੇ ਨਾਲ ਤਲਾਕ ਤੋਂ ਬਿਨਾ ਹੀ ਦੂਜਾ ਵਿਆਹ ਕਰ ਲਿਆ ਡਿਪਟੀ ਕਮਿਸ਼ਨਰ ਦਫ਼ਤਰ ਦਾ ਦੰਗਾ ਪੀੜਿਤ ਬ੍ਰਾਂਚ ਦੇ ਵਿੱਚ ਤਣਾਇਤ ਗੁਰਪਾਲ ਸਿੰਘ ਦੀ ਪਤਨੀ ਨੇ ਦਫ਼ਤਰ ਆ ਕੇ ਪਤੀ ਦੇ ਕਿਸੇ ਹੋਰ ਨਾਲ ਸੰਬੰਧ ਹੋਣ ਨੂੰ ਲੈ ਕੇ ਉਸ ਦੀ ਕੁੜੀ ਨੇ ਜਿਹੜਾ ਜੰਮ ਕੇ ਉੱਥੇ ਹੰਗਾਮਾ ਕੀਤਾ ਦੇ ਜੇਕਰ ਡੀਆਈਜੀ ਖੱਟੜਾ ਮੇਰੇ ਤੇ ਲੱਗੇ ਦੋਸ਼ ਸਾਬਤ ਕਰ ਦੇਣ ਤਾਂ ਮੈਂ ਸਿਰ ਕਲਮ ਕਰਵਾਉਣ ਦੇ ਲਈ ਤਿਆਰ ਹਾਂ ਪੰਜ ਗਰਾਈ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਬੀ ਕਾਂਡ ਦੇ ਮਾਮਲਿਆਂ ਨੂੰ ਲੈ ਕੇ ਗਠਿਤ ਕੀਤੀ ਗਈ ਜਾਂਚ ਕਮੇਟੀ ਦੇ ਵਿੱਚੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਐਸ ਆਈਟੀ ਦੇ ਮੁਖੀ ਰਹੇ ਤਤਕਾਲੀ ਡੀ ਆਈ ਜੀ ਰਣਵੀਰ ਖੱਟਨ ਵਾਲੇ ਪਿਛਲੇ ਦਿਨੀ ਅਗਾਲਤਖ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਈ ਮੀਟਿੰਗ ਦੌਰਾਨ ਰੁਪਿੰਦਰ ਸਿੰਘ ਪੰਜ ਗਰਾਈ ਤੇ ਚਮਕੌਰ ਸਿੰਘ ਭਾਈ ਰੂਪਾ ਖਿਲਾਫ ਕੀਤੀ ਦੂਸ਼ਣਬਾਜ਼ੀ ਦਾ ਜਵਾਬ ਦਿੰਦੇ ਆ ਰੁਪਿੰਦਰ ਸਿੰਘ ਪੰਜ ਗਰਾਈ ਨੇ ਦੋਚ ਲਾਇਆ ਕਿ ਰਣਬੀਰ ਸਿੰਘ ਖੱਟੜਾ ਬਿਆਦਵੀ ਕਾਂਡ ਦੀ ਜਾਂਚ ਨੂੰ ਮੋੜਾ ਦੇਣ ਲਈ ਬਾਤਲਾਂ ਦੀ ਬੋਲੀ ਬੋਲ ਰਿਹਾ ਹੈ ਰੁਪਿੰਦਰ ਸਿੰਘ ਨੇ ਚੁਣੌਤੀ ਦਿੱਤੀ ਕਿ ਖੱਟੜਾ ਮੇਰੇ ਤੇ ਲੱਗੇ ਦੋਚਾ ਨੂੰ ਸਿੱਧ ਕਰ ਦੇਣ ਮੈਂ ਆਪਣਾ ਸਿਰ ਕਲਮ ਕਰਵਾਉਣ ਲਈ ਤਿਆਰ ਆ ਨਹੀਂ ਤਾਂ ਸੰਗਤ ਵੱਲੋਂ ਲੱਗੀ ਸਜ਼ਾ ਨੂੰ ਕਬੂਲਣ ਦੀ ਸ਼ਰਤ ਪ੍ਰਵਾਨ ਕਰਨਾ ਉਹਨਾਂ ਨੇ ਆਖਿਆ ਕਿ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਪੁਲਿਸ ਵੱਲੋਂ ਲਏ ਕਬਜ਼ੇ ਚ ਸੀਸੀਟੀਵੀ ਕੈਮਰੇ ਉਦੋਂ ਤੋਂ ਲੈ ਕੇ ਅੱਜ ਤੱਕ ਲੱਗੇ ਹੋਏ ਹਨ ਇੱਕ ਇੱਕ ਮਿੰਟ ਦੀ ਫੁਟੇਜ ਪੁਲਿਸ ਕੋਲੇ ਮੌਜੂਦ ਹੈ ਰਣਵੀਰ ਖੱਟੜਾ ਬਤੌਰ ਜਾਂਚ ਅਫਸਰ ਉਕਤ ਫੋਟੋਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਸੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਸ ਮਾਮਲੇ ਨੂੰ ਗਲਤ ਰੰਗਤ ਦੇ ਰਿਹਾ ਹੈ ਧੰਨਵਾਦ